ਅਸਲਾਮੁਆਲਿਕਮ ਜੀ ਮੇਰਾ ਨਾਮ ਅਬੂ ਬਕਰ ਚੌਧਰੀ ਅਨਵਾਰੁਲਖ ਜ਼ਰਾਇ ਮੈਡਲ ਫਾਰਮ ਉਕਾੜਾ ਤੋਂ ਅੱਜ ਹੀ ਤੁਹਾਡੇ ਲਈ ਆ ਬਟਰ ਕਟਰ ਰੋਟਰਵੇਟਰ ਦੀ ਮੈਂ ਵੀਡੀਓ ਬਣਾ ਰਿਹਾ ਇਹ ਜੀ ਅਸੀਂ ਰੋਟਰਵੇਟਰ ਖੁਦ ਤਿਆਰ ਕਰਵਾਇਆ ਹੈਗਾ ਫਾਰਮ ਤੇ ਨੂੰ ਲੈ ਕੇ ਆਏ ਆ ਹੈਗੇ ਆ ਕੱਲ ਹੀ ਰੂਟ ਆਇਆ ਹੈਗਾ ਇਹ ਆਲੂਆਂ ਤੇ ਇਹਨੂੰ ਇਸਤੇਮਾਲ ਕਰਾਂਗੇ ਜਦੋਂ ਇਸਤੇਮਾਲ ਕਰਾਂਗੇ ਇਨਸ਼ਾਅੱਲਾ ਉਦੋਂ ਇਹ ਵੀ ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਰੋਟਰਵੇਟਰ ਆਹ ਇਹਨਾਂ ਦੀ ਸਾਈਟਾ ਸਾਈਟਾ ਦੇ ਨੀਚੇ ਵਾਲੀ ਸਾਈਡ ਤੇ ਆਪ ਪਲੇਟ ਲਗਾਈ ਹੈਗੀ ਹੈ ਤਾਂ ਕਿ ਉਥੋਂ ਟਪਕ ਕਸੇ ਨਾ ਅਕਸਰ ਟਪਕ ਜਿਹੜਾ ਉਥੋਂ ਚੱਲਦਾ ਹੈ ਜਦੋਂ ਰੂਟਾਵੇਟਰ ਚੱਲ ਕੋ ਉਥੋਂ ਟਪਕ ਕਸ ਜਾਂਦਾ ਤਾਂ ਉਥੋਂ ਆਇਲ ਲੀਕ ਕਰਨਾ ਪੈਂਦਾ ਐ ਐਸੋਇਤ ਲਗਾਈ ਹੈਗੀ ਹੈਗੀ ਤਾਂ ਕਿ ਇਥੋਂ ਟਪਕਾ ਖਰਾਬ ਨਾ ਹੋਵੇ ਇਹ ਬਣਿਆ ਹੈਗਾ ਜੀ ਸ਼ੌਕਸ ਰੇ ਇੰਡਸਟਰੀ 8393 ਹਰ ਉਕਾੜਾ ਤੋਂ ਐਂ ਤਾਂ ਕਿ ਕਰਾ ਸਕਗੇ ਔਰ ਟਰੈਕਟਰ ਵਾਲਾ ਕਰਾ ਸੀ ਦੇ ਉੱਪਰ ਪਿਆ ਹੋਇਆ ਆ ਤੁਸੀਂ ਦੇਖ ਸਕਦੇ ਜੀ ਆਹ ਨੀਚੇ ਇਹਦਾ ਕਟਰ ਚੈੱਕ ਕਰ ਲੋ ਇਹਦੀਆਂ ਹੱਬਾਂ ਜਿਹੜੀਆਂ ਹੈਗੀਆਂ ਉਹ ਆਮ ਰੋਟਾ ਵੈਟਰਨ ਨਾਲੋਂ ਥੋੜੀਆਂ ਵੱਡੀਆਂ ਲਾਈਆਂ ਗਈਆਂ ਐ ਤੁਸੀਂ ਹੱਬ ਚੈੱਕ ਕਰ ਸਕਦੇ ਜੇ ਇਹ ਥੋੜੀ ਜਿਹੀ ਲੰਬੀ ਹੱਬ ਲਾਈ ਗਈ ਹੈਗੀ ਪਹਿਲੇ ਜਿਹੜੇ ਰੋਟਾ ਵੈਟਰਾਂ ਦੇ ਹੁੰਦੇ ਸੀ ਉਹਨਾਂ ਦੀਆਂ ਹੱਬਾਂ ਛੋਟੀਆਂ ਹੁੰਦੀਆਂ ਸੀ ਤੋਂ ਟਰੈਕਟਰ ਉੱਤੇ ਲੋਡ ਪਾਉਂਦੇ ਹੁੰਦੇ ਸੀ ਐ ਟਰੈਕਟਰ ਉੱਤੇ ਲੋਡ ਨਹੀਂ ਪਾਣੀ ਇਹ ਕਿ ਹੱਬਾਂ ਥੋੜੀਆਂ ਲੰਬੀਆਂ ਕਿਤੇ ਇਹਨਾਂ ਚ ਡਬਲ ਬੈਰਿੰਗ ਤੇ ਡਬਲ ਸੀਲਾਂ ਯੂਜ਼ ਕੀਤੀਆਂ ਗਈਆਂ ਹੈਗੀਆਂ ਤਾਂ ਕਿ ਸੀਲਾਂ ਲੀਕ ਨਾ ਕਰਨ ਐਂ ਦੇ ਕਟਰ ਜਿਹੜੇ ਇੱਕ ਹਟਰ ਅਸੀਂ ਉਮਰ ਦੇ ਯੂਜ਼ ਕੀਤੇ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਆ ਇਧਰਲੀ ਸਾਈਡ ਦਾ ਟਾਪ ਆ ਇੰਦਾ 베어ਿੰਗ ਨੂੰ 베어ਿੰਗ ਦਾ ਤੇਲ ਇੰਦੇ ਵਿੱਚ ਹੁੰਦਾ ਜੀ ਆ ਇੰਦੀ ਬੈਕ ਸਾਈਡ ਆ ਬੈਕ ਸਾਈਡ ਤੇ ਆਪਣਾ ਸ਼ੋਕਸ ਮਸ਼ੀਨਰੀ ਸਟੋਰ ਆਂ ਉੱਪਰਲਾ ਹੈਡ ਪਿਆ ਜੀ ਆ ਇੰਦਾ ਇੱਕ ਕਾਕ ਲੱਗਾ ਹੈ ਤੇ ਦੂਸਰਾ ਇੰਦਾ ਨਟ ਦਿੱਤਾ ਗਿਆ ਹੈਗਾ ਜਿਹੜਾ ਜੀ ਤੇਲ ਚੱਕਰ ਵਾਸਤੇ ਇਸਤੇਮਾਲ ਹੁੰਦਾ ਆ ਪਿਛਲੀ ਸਾਈਡ ਤੇ ਨਿਊ ਸ਼ੌਕਤ ਪਾਕਿਸਤਾਨ ਇੰਜੀਨੀਅਰਿੰਗ ਇਹ ਵੀ ਉਹਨਾਂ ਦਾ ਹੀ ਮਾਰਕ ਹੈ ਜੀ ਆ ਉਹਨਾਂ ਦਾ ਨੰਬਰ ਦਿੱਤੇ ਹੋਏ ਨੇ ਜੀ ਇਹ ਵੀ ਉਹਨਾਂ ਦਾ ਨੰਬਰ ਐ ਆ ਪਿਛੇ ਇਹਦੇ ਚਾਰ ਸੰਗ ਲਗਾਏ ਹੋਏ ਹੈਗੇ ਨੇ ਐ ਤੁਸੀਂ ਦੇਖ ਸਕਦੇ ਹੋ ਜੀ ਆ ਜੀ ਤੁਸੀਂ ਇਧਰ ਲਈ ਹੱਬ ਵੀ ਚੈੱਕ ਕਰ ਸਕਦੇ ਹੋ ਇਹ ਵੀ ਬਿਲਕੁਲ ਉਸੇ ਤਰ੍ਹਾਂ ਦੀ ਆਹ ਇਹ ਦਾ ਕਰਾਸ ਕਰਾਸ ਜਿਹੜਾ ਜੀ ਅਸੀਂ ਦੰਦਿਆਂ ਨਾਲ ਲਵਾਇਆ ਗਿਆ ਹੈਗਾ ਕਿਉਂਕਿ ਦੰਦਿਆਂ ਵਾਲਾ ਕਰਾਸ ਜਦੋਂ ਟ੍ਰੈਕਟਰ ਪਿੱਛੇ ਰੋਟਾ ਚੱਲਦਾ ਹੈਗਾ ਉਹ ਤੜਕਣੀ ਮਾਰਦਾ ਟ੍ਰੈਕਟਰ ਨੂੰ ਐਸੋ ਇਸ ਵੇ ਦੰਦਿਆਂ ਵਾਲਾ ਕਰਾਸ ਅਸੀਂ ਲਗਵਾਇਆ ਹੈਗਾ ਐ ਦੇਖੋ ਆ ਫੇਜਿੰਦਾ ਸਾਈਡ ਵਾਲਾ ਵੱਡਾ ਟਾਪਾ ਜੀ ਐਂ ਦੇ ਉੱਪਰ ਕਾਕ ਲਗਾਇਆ ਗਿਆ ਹੈਗਾ ਇਹਨਾਂ ਕਾਕਾਂ ਦੇ ਵਿੱਚ ਇੱਕ ਸੁਰਾਖ ਹੁੰਦਾ ਹੈਗਾ ਵਾ ਐਸ ਕਾਗ ਦੇ ਅੰਦਰ ਸੁਰਾਖ ਦਾ ਇਹ ਫਾਇਦਾ ਹੁੰਦਾ ਵਾ ਕਿ ਜਦੋਂ ਇਹ ਰੂਟਾ ਚੱਲਦਾ ਵਾ ਅੰਦਰਲੀ ਸਾਈਡ ਤੇ ਜੇ ਅਗਰ ਕੋਈ ਗੈਸ ਜਾਂ ਹਵਾ ਪੈਦਾ ਹੁੰਦੀ ਹੈਗੀ ਆ ਗਰਾਰੀਆਂ ਦੇ ਚੱਲਣ ਨਾਲ ਤੇ ਉਹ ਫਿਰ ਐਂਦੀ ਬਾਹਰ ਨਿਕਲ ਜਾਂਦੀ ਹੈ ਬਾਕੀ ਤੁਸੀਂ ਦੇਖ ਸਕਦੇ ਜੀ ਰੂਟਾ ਬਿਲਡਰ ਕਿੱਡਾ ਪਿਆਰਾ ਤੇ ਖੂਬਸੂਰਤ ਬਣਾਇਆ ਗਿਆ ਵਾ ਇਨਸ਼ਾਅੱਲਾ ਜਦੋਂ ਇਹਨੂੰ ਅਸੀਂ ਚਲਾਵਾਂਗੇ ਤੇ ਇਹਦੀ ਚਾਲੇ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਵੀ ਤੁਸੀਂ ਖੁਦ ਦੇਖ ਕੇ ਫੈਸਲਾ ਕਰਿਆ ਜੇ ਵੀ ਇਹ ਟਰੈਕਟਰ ਦੇ ਉੱਤੇ ਕਿੰਨਾ ਕੁ ਲੋਡ ਪਾਉਂਦਾ ਹੈ ਜੀ ਕਿਉਂਕਿ ਮੇਰੇ ਆਕਸਰ ਦੋਸਤ ਕਹਿ ਰਹੇ ਹੈ ਜਿਵੇਂ ਕਿ ਮੈਨੂੰ ਕਿ ਤੁਸੀਂ ਐਡਾ ਵੱਡਾ ਟਰੋਤਾ ਬਣਵਾ ਲਿਆ ਹੈ ਟਰੈਕਟਰ ਚਲਾਣਾ ਨਹੀਂ ਇਹ ਟਰੈਕਟਰ ਤੇ ਲੋਡ ਬੋਹਦਾ ਹੈਗਾ ਟਰੈਕਟਰ ਨੂੰ ਤੰਗ ਕਰਨ ਲਈ ਤੇ ਇਨਸ਼ਾਅੱਲਾ ਉਮੀਦ ਹੈਗੀ ਅਸੀਂ ਨੂੰ ਤਿਆਰੀ ਇਸ ਤਰੀਕੇ ਨਾਲ ਕਰਵਾਇਆ ਗਿਆ ਹੈਗਾ ਵਾਕਿ ਟਰੈਕਟਰ ਦੇ ਉੱਤੇ ਲੋਡ ਹੀ ਨਾ ਪਾਵੇ